ਪੰਜਾਬੀ ਮਾਂ ਬੋਲੀ ਯਾਨੀ ਕਿ ਸਾਡੀ ਪੰਜਾਬੀ ਭਾਸ਼ਾ, ਪੰਜਾਬੀਅਤ ਤੇ ਸੱਭਿਆਚਾਰ, ਇਹਨਾਂ ਤਿੰਨਾਂ ਦਾ ਵੱਖਰਾ ਮੇਲ ਹੈ ਜੋ ਸਾਨੂੰ ਹੋਰਨਾਂ ਸੱਭਿਆਚਾਰਾਂ ਨਾਲੋਂ ਵੱਖ ਕਰਦਾ ਹੈ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਸਾਂਝਾ ਰੇਡੀਓ 90.8 FM ਤੇ, ਜਿੱਥੇ ਮੈਂ ਅਰਸ਼ ਗੁਰਪ੍ਰੀਤ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਜੀ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਜਿਹਦਾ ਨਾਂ ਹੈ ਵਿਰਾਸਤ ਏ ਪੰਜਾਬ। ਤੇ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿਰਾਸਤ ਏ ਪੰਜਾਬ ਦੇ ਵਿੱਚ ਮੈਂ ਵੱਖ ਵੱਖ ਤਰ੍ਹਾਂ ਦੇ ਅਲੋਪ ਹੋ ਰਹੇ ਵਿਰਸਿਆਂ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਕਰਦੀ ਹਾਂ। ਤੇ ਅੱਜ ਮੈਂ ਗੱਲ ਕਰਨੀ ਹੈ ਪੰਜਾਬੀ ਮਾਂ ਬੋਲੀ ਦੀ, ਪੰਜਾਬੀਅਤ ਦੀ ਤੇ ਪੰਜਾਬੀ ਸੱਭਿਆਚਾਰ ਦੀ। ਜੀ, ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਪੰਜਾਬੀ ਹੈ, ਅਸੀਂ ਚਾਰ ਜਣਿਆਂ ਵਿੱਚ ਖੜੇ ਹਾਂ ਜੋ ਪੰਜਾਬੀ ਬੋਲੀ ਨੂੰ ਨਹੀਂ ਜਾਣਦੇ, ਪਰ ਅਸੀਂ ਉਹਨਾਂ ਵਿੱਚ ਜੇਕਰ ਪੰਜਾਬੀ ਬੋਲੀ ਵਿੱਚ ਗੱਲ ਕਰਦੇ ਹਾਂ ਤੇ ਸਾਡਾ ਪੰਜਾਬੀਅਤ ਜਿਹੜਾ ਹੈ ਉੱਥੇ ਉਹ ਮਹਿਸੂਸ ਹੁੰਦਾ ਹੈ ਸਾਨੂੰ, ਕਿਉਂਕਿ ਅਸੀਂ ਉਹਨਾਂ ਨਾਲੋਂ ਵੱਖਰੇ ਹਾਂ। ਉਹ ਸਾਰੇ ਖੜੇ ਹੋ ਕੇ ਦੂਸਰੀ ਭਾਸ਼ਾ ਵਿੱਚ ਗੱਲਬਾਤ ਕਰ ਰਹੇ ਨੇ, ਪਰ ਅਸੀਂ ਪੰਜਾਬੀ ਬੋਲੀ ਵਿੱਚ ਗੱਲਬਾਤ ਕਰ ਰਹੇ ਹਾਂ ਤਾਂ ਅਸੀਂ ਉੱਥੇ ਪੰਜਾਬੀ ਹਾਂ। ਪਰ ਅਸੀਂ ਅੱਜ ਕੱਲ੍ਹ ਕੀ ਕਰਦੇ ਹਾਂ ਕਿ ਅਸੀਂ ਦੂਸਰੀ ਭਾਸ਼ਾ ਦੇ ਵਿੱਚ ਇੰਗਲਿਸ਼ ਵਿੱਚ ਗੱਲ ਕਰਨਾ ਜ਼ਿਆਦਾ ਵਧੀਆ ਸਮਝਦੇ ਹਾਂ, ਉਹਨੂੰ ਜ਼ਿਆਦਾ ਵੱਖਰਾ ਸਮਝਦੇ ਹਾਂ ਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਉੱਥੇ ਬੇਸਹਾਰਾ ਕਰ ਦਿੰਦੇ ਹਾਂ। ਕਿਉਂਕਿ ਜੇਕਰ ਅਸੀਂ ਪੰਜਾਬੀ ਹੀ ਆਪਣੀ ਪੰਜਾਬੀ ਮਾਂ ਬੋਲੀ ਭਾਸ਼ਾ ਨੂੰ ਕੋਈ ਸਨਮਾਨ ਨਹੀਂ ਦੇਵਾਂਗੇ, ਉਹਦਾ ਸਤਿਕਾਰ ਨਹੀਂ ਕਰਾਂਗੇ ਤਾਂ ਉਹ ਟੁੱਟ ਜਾਏਗੀ, ਉਹ ਵਿਖਰ ਜਾਏਗੀ। ਤਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਸਮਝਾਵਾਂਗੇ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਕਿੰਝ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਆਪ ਹੀ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਨਹੀਂ ਕਰ ਰਹੇ। ਤੇ ਜੇਕਰ ਤੁਹਾਨੂੰ ਵੀ ਇਹ ਗੱਲ ਲੱਗਦੀ ਹੈ, ਤੁਹਾਨੂੰ ਮਹਿਸੂਸ ਹੁੰਦੀ ਹੈ, ਜਿਹੜੇ ਪੰਜਾਬੀ ਨੇ ਜਾਂ ਫਿਰ ਹੋਰ ਵੀ ਜਿਹੜੇ ਐਸੇ ਲੋਕ ਹਨ ਜੋ ਪੰਜਾਬ 'ਚ ਰਹਿਣ ਦਾ, ਪੰਜਾਬੀ ਹੋਣ ਦਾ ਮਾਣ ਕਰਦੇ ਨੇ, ਉਹਨਾਂ ਨੂੰ ਵੀ ਇਹ ਗੱਲਬਾਤ ਜ਼ਰੂਰ ਮੇਰੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਯੈਸ ਟੀਵੀ 'ਤੇ ਕਮੈਂਟਸ ਕਰਕੇ ਤੇ ਸਾਂਝਾ ਰੇਡੀਓ 'ਤੇ ਮੇਰੇ ਪ੍ਰੋਗਰਾਮਸ 'ਤੇ ਮੈਨੂੰ ਫੀਡਬੈਕ ਦੇ ਕੇ। ਨੰਬਰ ਹੈ ਜੀ 95412-96709। ਤੇ ਨਾਲ ਹੀ ਨਾਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਯੈਸ ਟੀਵੀ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਤੇ ਨਾਲ ਹੀ ਇੱਥੇ ਹੁਣ ਵਿਲਾ ਚੁੱਕੇ ਸੀ ਮੇਰਾ ਪ੍ਰੋਗਰਾਮ ਤੋਂ ਇਜਾਜ਼ਤ ਲੈਣ ਦਾ, ਤੇ ਦਵੋ ਮੈਨੂੰ ਇਜਾਜ਼ਤ। ਆਪਣਾ ਰੱਖਿਓ ਖਿਆਲ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਰੱਬ ਰਾਖਾ।